ਲਓ ਜੀ, ਅੱਜ ਸੂਟ ਪ੍ਰੋਪਰ ਪਾ ਕੇ ਆਈ ਆ, ਨਾਲ ਦੁਪੱਟਾ ਵੀ ਲਿੱਤਾ, ਜਿਨ੍ਹਾਂ ਨੂੰ ਕਈ ਵਾਰੀ ਪ੍ਰੋਬਲਮ ਰਹਿੰਦੀ ਸੀ ਵੀ ਹਾਏ ਅੱਜ ਕਮੀਜ਼ ਦੇ ਨਾਲ ਦੁਪੱਟਾ ਨਹੀਂ ਪਾਇਆ ਹੋਇਆ ਨੇ, ਤੁਹਾਡੀ ਸਾਰਿਆਂ ਦੀ ਉਹ ਦੂਰ ਕਰ ਦਿੱਤੀ ਹੈ ਮੈਂ, ਹੈ ਨਾ, ਜਿਹੜੀ ਸ਼ਿਕਾਇਤ ਸੀ। ਸੋਰੀ, ਲੈ ਕੇ ਤੁਹਾਡਾ ਸਾਰਿਆਂ ਦਾ ਮਨਪਸੰਦੀਦਾ ਪ੍ਰੋਗਰਾਮ ਗੱਲਾਂ ਵਿਦ ਗੁਲਾਬੋ, ਮੈਂ ਗੁਲਾਬੋ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਆਪਣੇ ਟੀਵੀ ਚੈਨਲ, ਪੰਜਾਬੀ ਟੀਵੀ ਚੈਨਲ ਜੀ ਸਾਰਿਆਂ ਦਾ ਪਸੰਦੀਦਾ ਬਣ ਚੁੱਕਿਆ ਗਲੋਬਲ ਪੰਜਾਬ ਟੀਵੀ, ਔਰ ਮੇਰੇ ਯਾਨੀ ਗੁਲਾਬੋ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖੋ ਜੀ, ਅਸੀਂ ਨਾ ਜੇਕਰ ਨਸ਼ੇ ਦੀ ਗੱਲ ਕਰੀਏ, ਕਈ ਸਾਰੇ ਗਾਣਿਆਂ ਦੇ ਵਿੱਚ ਵੀ ਨਸ਼ੇ ਦਾ ਜ਼ਿਕਰ ਹੈ। ਨਸ਼ਾ ਯੇ ਪਿਆਰ ਕਾ ਨਸ਼ਾ ਹੈ, ਨਸ਼ੇ ਮੇ ਯਾਰ ਡੂਬ ਜਾਓ, ਹੈ ਨਾ। ਲੇਕਿਨ ਕਿਸੇ ਨੇ ਇਹ ਤਾਂ ਨਹੀਂ ਕਿਹਾ, ਨਸ਼ਾ ਏ ਭੁੱਕੀ ਦਾ ਨਸ਼ਾ ਏ, ਨਸ਼ਾ ਅਫੀਮ ਦਾ ਨਸ਼ਾ ਏ, ਨਸ਼ੇ 'ਚ ਪੰਜਾਬ ਡੁੱਬ ਜਾਓ। ਸਾਡਾ ਪੰਜਾਬ ਨਸ਼ਿਆਂ ਦੇ ਵਿੱਚ ਇੰਨੀ ਬੁਰੀ ਤਰ੍ਹਾਂ ਦੇ ਨਾਲ ਖੁੱਭ ਚੁੱਕਿਆ ਹੈ ਕਿ ਅੱਜ ਆਪਾਂ ਯੰਗਸਟਰਸ ਦੀ ਜੇਕਰ ਹਾਲਾਤ ਵੇਖੀਏ ਤਾਂ ਤੌਬਾ ਹੀ ਤੌਬਾ। ਔਰ ਡਰੀ ਜਿਹੜੇ ਡਰੱਗ ਡੀ ਐਡਿਕਸ਼ਨ ਸੈਂਟਰਸ ਨੇ ਉਹ ਵੀ ਬੜੇ ਜ਼ਿਆਦਾ ਬਣਾਏ ਗਏ ਨੇ, ਲੇਕਿਨ ਗੱਲ ਇਹ ਹੈ ਕਿ ਉਹ ਜਿਹੜੇ ਡਰੱਗ ਡੀ ਐਡਿਕਸ਼ਨ ਸੈਂਟਰਸ ਨੇ ਉਹਨਾਂ ਵਿੱਚ ਤਾਂ ਲੋਕੀ ਵੀ ਸਾਨੂੰ ਨਜ਼ਰ ਆਉਂਦੇ ਨੇ ਕਿ ਉਹ ਨਸ਼ਾ ਛੱਡਣਾ ਨਹੀਂ ਚਾਹੁੰਦੇ, ਜਾਂ ਕਾਰਨ ਕੀ ਹੈ ਕਿ ਇਹਨਾਂ ਦੀ ਪ੍ਰਮੋਸ਼ਨ ਵਧੀਆ ਤਰੀਕੇ ਨਾਲ ਨਹੀਂ ਹੁੰਦੀ। ਕਾਲਰ ਸਾਡੇ ਨਾਲ ਨੇ, ਹੈਲੋ ਹੈਲੋ, ਹਾਂਜੀ ਹੈਲੋ ਜੀ, ਥੋੜ੍ਹਾ ਜਿਹਾ ਉੱਚੀ ਬੋਲੋਗੇ, ਮੈਨੂੰ ਤੁਹਾਡੀ ਆਵਾਜ਼ ਬਿਲਕੁਲ ਵੀ ਨਹੀਂ ਆ ਰਹੀ। ਹੈਲੋ, ਸੋਰੀ ਜੀ, ਮੈਨੂੰ ਆਵਾਜ਼ ਨਹੀਂ ਮੇਰੇ ਤੱਕ ਪਹੁੰਚ ਪਾ ਰਹੀ, ਦੁਬਾਰਾ ਟਰਾਈ ਕਰਦੀ ਹਾਂ। ਹੈਲੋ ਹੈਲੋ ਜੀ, ਕਾਲਜ ਦੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਪਾ ਰਹੀ ਹੈ। ਖੈਰ, ਮੈਂ ਇੱਕ ਵਾਰੀ ਆਪਣਾ ਟੌਪਿਕ ਜਿਹੜਾ ਹੈ ਉਹਨੂੰ ਦੱਸ ਦਿਆਂ। ਹੈਲੋ, ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਸੁਧਾ ਪਿਆਰਾ ਸਿੰਘ ਬੋਲ ਰਿਹਾ ਜੀ, ਕੈਲੀਫੋਰਨੀਆ ਜੋ। ਜੀ ਬਹੁਤ ਬਹੁਤ ਸਵਾਗਤ ਹੈ। ਮੈਂ ਜੀ ਮੈਂ ਤੁਹਾਡਾ ਟੌ ਮੈਂ ਜੀ ਤੁਹਾਡਾ ਟੌਪਿਕ ਸਮਝ ਗਿਆ, ਤੁਸੀਂ ਨਸ਼ਿਆਂ ਬਾਰੇ ਬੋਲ ਰਹੇ ਹੋ ਪੰਜਾਬ ਦੇ ਵਿੱਚ। ਜੀ, ਔਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਸਾਰੇ ਹੁਣ ਅਕਾਲੀ ਸਰਕਾਰ, ਅੱਜ ਵੀ ਮੈਂ ਭਾਸ਼ਣ ਸੁਣਿਆ ਛੋਟੇ ਬਾਦਲ ਦਾ, ਬੜੇ ਬਾਦਲ, ਉਹ ਕਹਿੰਦੇ ਹੈ ਹੀ ਨਹੀਂ ਨਸ਼ਾ ਪੰਜਾਬ ਦੇ ਵਿੱਚ। ਅੱਛਾ ਜੀ, ਅਗਰ ਉਹ ਨਸ਼ਾ ਹੈ ਨਹੀਂ ਪੰਜਾਬ ਦੇ ਵਿੱਚ ਤਾਂ ਉਹ ਨਸ਼ਾ ਛੁਡਾਊ ਕੇਂਦਰ ਕਿਉਂ ਹਰ ਜਗ੍ਹਾ ਖੋਲੀ ਜਾ ਰਹੇ ਆ? ਇਹੀ ਮੁੱਦਾ ਅੱਜ ਮੇਰਾ ਹੈ, ਇਹੀ ਮੁੱਦਾ ਹੈ ਕਿ ਡਰੱਗ ਡੀ ਐਡਿਕਸ਼ਨ ਸੈਂਟਰਸ ਤੇ ਬੜੇ ਜ਼ਿਆਦਾ ਨੇ, ਲੇਕਿਨ ਨਾ ਤੇ ਉਹ ਸੈਂਟਰਸ, ਮਤਲਬ ਕੋਈ ਪਹੁੰਚਦਾ ਹੀ ਨਹੀਂ ਉੱਥੇ। ਕਹਿੰਦੇ ਨਸ਼ਾ ਲੋਕੀ ਛੱਡਣਾ ਹੀ ਨਹੀਂ ਚਾਹੁੰਦੇ, ਜਾਂ ਕਿਉਂ ਬਣਾਏ ਜਾਂਦੇ ਫਿਰ ਸੈਂਟਰਸ ਬਣਾਉਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਗੁਲਾਬੋ ਜੀ, ਤੁਹਾਡਾ ਅੱਜ ਨਾਂ ਗੁਲਾਬੋ ਆ, ਪਹਿਲਾਂ ਮੈਂ ਤੁਹਾਡਾ ਨਾਂ ਹੋਰ ਸੀਗਾ, ਤੁਹਾਨੂੰ ਪਹਿਲਾਂ ਸ਼ਾਇਦ ਫੋਨ ਤੇ ਦੱਸਿਆ ਵੀ ਆ, ਪ੍ਰੀਤੋ। ਹਾਂ, ਪ੍ਰੀਤੋ ਟੌਪ 10। ਜੀ 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 ਜੀ, ਮੈਂ ਤੁਹਾਨੂੰ ਸਹੀ ਗੱਲ ਦੱਸਣੀ ਚਾਹੁੰਦਾ, ਮੈਂ ਨਵੇਂ ਸ਼ਹਿਰ ਦਾ ਰਹਿਣ ਵਾਲਾ। ਹਾਂਜੀ, ਮੇਰੀ ਕੋਠੀ ਉੱਥੇ ਮੋਤਾ ਸਿੰਘ ਰੋਡ ਦੇ ਉੱਤੇ, ਮੋਤਾ ਸਿੰਘ ਵਾਲੀ ਕੋਠੀ ਮੇਰੀ ਆ। ਅੱਛਾ ਜੀ, ਅੱਛਾ ਜੀ, ਨਵਾਂ ਸ਼ਹਿਰ। ਉਹਦੇ ਉੱਤੇ 5 ਸਾਲ ਹੋ ਗਏ ਮੈਂ ਧਰਮ ਅਰਥਰੇ ਉਹ ਦਿੱਤੇ ਉੱਪਰ ਥੋੜੇ ਜਿਹੇ ਪੈਸਿਆਂ ਦੇ ਦਿੱਤਾ ਹੋਇਆ ਉਹ, ਕਿ ਕਿਉਂਕਿ ਇੱਕ ਅਪਰੋਚ ਕੀਤੀ ਸੀ ਲੋਕਾਂ ਨੇ ਕਿ ਭਈ ਇੱਥੇ ਦਿਓ ਇਹ ਕਿਸੇ ਦਾ ਫਾਇਦਾ ਹੋ ਸਕੇ। ਹਾਂਜੀ, ਉਸ ਮੇਰੀ ਕੋਠੀ ਚ ਹੁਣ ਜਾ ਕੇ ਦੇਖ ਲਓ ਕਿ ਉਹ ਸਰਿੰਜਾ ਫ੍ਰੀ ਦੇ ਰਿਹਾ ਕਿ ਤੁਸੀਂ ਇੱਕ ਜੁੜੇ ਆਪਣਾ ਆਪਣਾ ਟੀਕਾ ਨਾ ਲਾਓ, ਸਰਿੰਜ ਸਾਡੇ ਕੋਲ ਫ੍ਰੀ ਲੈ ਕੇ ਜਾਓ। ਅੱਛਾ ਜੀ, ਤਾਂ ਕਿ HIV ਨਾ ਹੋ ਜਾਏ। ਤੇ ਸੁਖਬੀਰ ਬਾਦਲ ਕਿੱਦਾਂ ਬੋਲ ਸਕਦਾ ਕਿ ਨਸ਼ੇ ਹੈ ਹੀ ਨਹੀਂ ਉੱਤੇ? ਮੇਰੇ ਜਾ ਕੇ ਦੇਖੋ, ਮੈਂ ਤੁਹਾਨੂੰ ਐਡਰੈਸ ਦਿੱਤਾ, ਮੈਂ ਫੋਨ ਦਿੰਦਾ, ਆਪਣੇ ਮੈਨੇਜਰ ਦਾ ਫੋਨ ਦਿੰਦਾ ਨਵੇਂ ਸ਼ਹਿਰ ਦੇ ਵਿੱਚ। ਉਹ ਤੋਂ ਥੱਲੇ ਮੈਂ ਫੌਜੀਆਂ ਨੂੰ ਦਿੱਤੇ ਹੋਇਆ, ਉਹ ਉੱਥੇ ਆਪਣੀਆਂ ਦਵਾਈਆਂ ਦਿੰਦੇ ਆ ਸਾਬਕਾ ਫੌਜੀਆਂ ਨੂੰ, ਮੈਂ ਧਰਮਾਰਥੇ ਦਿੱਤੇ ਆ, ਥੋੜੇ ਜਿਹੇ ਪੈਸੇ ਦਿੰਦੇ ਆ ਉਹ, ਪਰ ਤੁਸੀਂ ਇਹ ਦਰਿਆਫਤ ਕਰ ਸਕਦੇ ਹੋ। ਪਰ ਇਹ ਬੰਦੇ ਕਿੱਦਾਂ ਬੋਲਦੇ ਕਿ ਪੰਜਾਬ 'ਚ ਨਸ਼ੇ ਹੈ ਨਹੀਂ? ਨਹੀਂ ਜੀ, ਇਹ ਗੱਲ ਤਾਂ ਵੈਸੇ ਬਿਲਕੁਲ ਸਰਾਸਰ ਗਲਤ ਔਰ ਝੂਠੀ ਹੈ ਕਿ ਇੱਧਰ ਨਸ਼ਾ ਨਹੀਂ ਹੈ, ਬਹੁਤ ਜ਼ਿਆਦਾ ਨਸ਼ਾ ਵੱਧ ਚੁੱਕਿਆ ਪੰਜਾਬ ਦੇ ਵਿੱਚ। ਰਾਜੀਵ ਗਾਂਧੀ ਜਿਹੜਾ ਆਪਣਾ ਲੁਆ ਨਾ ਮੁੰਡਾ, ਹਾਂਜੀ, ਕਿੰਨਾ ਪੜਿਆ ਹੋਇਆ ਉਹਨੇ, ਅੱਜ ਤੋਂ 4 ਸਾਲ 3 ਸਾਲ ਪਹਿਲਾਂ ਬਿਆਨ ਦਿੱਤਾ ਸੀ ਕਿ 10 ਦੇ ਵਿੱਚੋਂ 7 ਡਰੱਗੀ ਆ ਪੰਜਾਬ ਦੇ ਵਿੱਚ। ਜੀ, ਗੱਲ ਵੀ ਬਿਲਕੁਲ ਵੈਸੇ ਸੱਚੀ ਹੈ ਕਿ ਬਹੁਤ ਜ਼ਿਆਦਾ ਨਸ਼ਾ ਹੈ। ਆਪਾਂ ਅੱਜ ਕੱਲ੍ਹ ਦੇ ਆਪਾਂ ਜਿਹੜੇ ਯੰਗਸਟਰਸ ਯੂਨੀਵਰਸਿਟੀਜ਼ ਜਾਂ ਕਾਲਜਸ ਦੇ ਵਿੱਚ ਵੀ ਜਾ ਕੇ ਦੇਖੀਏ ਤਾਂ ਉਹ ਕਈ ਵਾਰੀ ਤਾਂ ਮੈਂ ਕਹਾਂਗੀ ਕਿ ਫੁਕਰਾਪੰਥੀ ਦਿਖਾਉਣ ਦੇ ਚੱਕਰ ਦੇ ਵਿੱਚ ਹੀ ਨਸ਼ਿਆਂ 'ਚ ਪੈ ਜਾਂਦੇ ਨੇ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਮੈਂ ਵੀ ਇਸ ਚੀਜ਼ ਦੇ ਉੱਤੇ ਗੱਲ ਕਰਦਾ ਕਿ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦਿੱਤੀ ਆ। ਜੀ ਜੀ ਬਿਲਕੁਲ, ਔਰ ਮੈਨੂੰ ਚੰਗਾ ਮੈਂ ਉਹ ਲੱਗਾ ਕਿ ਜਗ੍ਹਾ ਦਿੱਤੀ ਹੋਈ ਹੈ, ਉੱਥੇ ਤੁਸੀਂ ਸਵੇਰੇ ਜਾ ਕੇ ਫ੍ਰੀ ਟੀਕੇ ਸਰਿੰਜਾ ਲੈ ਕੇ ਆਓ। ਜੀ, ਖੈਰ ਇਹ ਮੈਂ ਤੁਹਾਡਾ ਸੁਨੇਹਾ ਜਿਹੜਾ ਸਾਡੇ ਸਾਰੇ ਦਰਸ਼ਕ ਵੀ ਤੁਹਾਨੂੰ ਸੁਣ ਚੁੱਕੇ ਨੇ, ਔਰ ਇੱਕ ਵਧੀਆ ਉਪਰਾਲਾ ਜਿਹੜਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ, ਔਰ ਇਹੋ ਜਿਹੇ ਪੰਜਾਬੀ ਹੀ ਜੇਕਰ ਅੱਗੇ ਆਉਣ ਔਰ ਤਾਂ ਹੀ ਨਸ਼ਾ ਜਿਹੜਾ ਹੈ ਇਸ ਤੋਂ ਸਾਡੀ ਪੰਜਾਬੀ ਕੌਮ ਜਿਹੜੀ ਹੈ ਜਿਹੜੀ ਇਹਦੇ ਵਿੱਚ ਡੁੱਬਦੀ ਜਾ ਰਹੀ ਹੈ, ਸ਼ਾਇਦ ਥੋੜ੍ਹੀ ਦੂਰ ਜ਼ਰੂਰ ਹੋਵੇਗੀ।
ਇਹ ਨਾ ਸੋਚਿਓ ਕਿ ਮੈਂ ਵੀ ਕੋਈ ਗਲਤ ਤੁਹਾਨੂੰ ਕਹਿ ਰਿਹਾ, ਮੈਂ ਨਵੇਂ ਸ਼ਹਿਰ ਦੇ ਰਹਿਣ ਵਾਲਾ, ਨਹੀਂ ਜੀ ਅਸੀਂ ਮੋਤਾ ਸਿੰਘ ਸਮਝ ਰੋਡ ਸਿਵਲ ਹਸਪੀਟਲ ਦੇ ਪਿਛਲੇ ਪਾਸੇ ਮੋਤਾ ਸਿੰਘ ਦੀ ਕੋਠੀ ਹੈ ਜਿਹੜੀ ਕਿ ਅਸੀਂ ਖਰੀਦੀ ਹੋਈ ਆ, ਜੀ ਉਹ ਜੀ ਜੀ ਸਾਡੇ ਅੰਡਰ ਆ, ਉਹਦੇ ਉੱਪਰ ਜਾਓ, ਭਾਰਦਵਾਜ ਮੈਨੇਜਰ ਬੈਠਾ, ਉਹਨੂੰ ਨਸ਼ਾ ਛੱਡਣਾ ਤਾਂ ਵੀ ਦੱਸੋ, ਜੇ ਜੀ ਨਸ਼ਾ ਦੇ ਵਿੱਚ ਸਰਿੰਜ ਲਵਾਉਣੀ ਆ ਫ੍ਰੀ ਸਰਿੰਜਾਂ ਤੁਸੀਂ ਮੇਰੀ ਕੁੜੀਆਂ ਕੋਲੋਂ ਉੱਥੋਂ ਲੈ ਕੇ ਆਓ। ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਾਲ ਕਰਨ ਦੇ ਲਈ, ਤੁਹਾਡਾ ਸੁਨੇਹਾ ਸਾਡੇ ਦਰਸ਼ਕਾਂ ਤੱਕ ਪਹੁੰਚ ਚੁੱਕਿਆ। ਸਤਿ ਸ਼੍ਰੀ ਅਕਾਲ ਜੀ। ਔਰ ਉਹਨਾਂ ਨੇ ਦੱਸਿਆ ਕਿ ਨਸ਼ਾ ਛੁਡਾਓ ਕੇਂਦਰ ਇੱਕ ਤਰੀਕੇ ਦਾ ਉਹਨਾਂ ਨੇ ਉੱਧਰ ਬਣਾਇਆ ਹੋਇਆ ਔਰ ਨਵਾਂ ਸ਼ਹਿਰ ਦੇ ਵਿੱਚ, ਅਤੇ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਨਸ਼ਾ ਹੀ ਨਹੀਂ ਹੈ? ਜੇਕਰ ਨਸ਼ਾ ਹੀ ਨਹੀਂ ਹੈ ਤਾਂ ਨਸ਼ਾ ਛੁਡਾਓ ਕੇਂਦਰ ਕਿਉਂ ਨੇ, ਔਰ ਜਿਹੜੇ ਨਸ਼ਾ ਛੁਡਾਓ ਕੇਂਦਰ ਨੇ ਉਹ ਚੱਲਦੇ ਕਿਉਂ ਨਹੀਂ? ਕੀ ਕੋਈ ਨਸ਼ਾ ਛੱਡਣਾ ਹੀ ਨਹੀਂ ਚਾਹੁੰਦਾ, ਜਾਂ ਫਿਰ ਉਹ ਜਿਹੜੇ ਸੈਂਟਰਸ ਨੇ ਉਹਨਾਂ ਨੂੰ ਪ੍ਰਮੋਟ ਹੀ ਨਹੀਂ ਕੀਤਾ ਜਾਂਦਾ, ਲੋਕਾਂ ਨੂੰ ਉਸਦੇ ਬਾਰੇ ਜਾਣਕਾਰੀ ਹੀ ਨਹੀਂ ਹੈ? ਇਹ ਕਹਿਣਾ ਤਾਂ ਸਰਾਸਰ ਗਲਤ ਹੈ ਕਿ ਪੰਜਾਬ ਦੇ ਅੰਦਰ ਨਸ਼ਾ ਨਹੀਂ ਹੈ, ਜਦਕਿ ਅਸੀਂ ਕਹੀਏ ਤਾਂ ਅੱਜ ਯੰਗਸਟਰਸ ਜਿਹੜੇ ਨੇ, ਬੇਸ਼ੱਕ ਉਹ ਪੰਜਾਬੀ ਨੇ, ਕੋਈ ਵੀ ਆਪਾਂ ਦੇਖੀਏ ਤਾਂ ਬਹੁਤ ਜ਼ਿਆਦਾ ਨਸ਼ਿਆਂ ਦੇ ਅੰਦਰ ਡੁੱਬੇ ਹੋਏ ਨੇ। ਯੂਨੀਵਰਸਿਟੀਜ਼, ਤੁਸੀਂ ਕਾਲਜਿਸ ਦੇ ਵਿੱਚ ਚਲੇ ਜਾਓ, ਯੂਨੀਵਰਸਿਟੀਜ਼ ਦੇ ਵਿੱਚ ਚਲੇ ਜਾਓ, ਸੜਕਾਂ 'ਤੇ ਆਮ ਵੇਖ ਲਓ, ਅਤੇ ਬੜਾ ਸਾਰਾ ਯੂਥ ਇਹੋ ਜਿਹਾ ਹੋਏਗਾ। ਕਈ ਵਾਰੀ ਅਕਸਰ ਮੁੰਡਿਆਂ ਨੂੰ ਵੇਖਿਆ ਗਿਆ ਕਿ ਉਹ ਸਿਰਫ ਕਈ ਵਾਰੀ ਫੁਕਰਾਪੰਥੀ ਕਹਿ ਲਓ ਜਾਂ ਸਿਰਫ ਟਸ਼ਨ ਦਿਖਾਉਣ ਦੇ ਮਾਰੇ, ਪਤਾ ਨਹੀਂ ਉਹ ਕਿਹਨੂੰ ਇਮਪ੍ਰੈਸ ਕਰਨਾ ਚਾਹੁੰਦੇ ਨੇ ਇਹ ਨਸ਼ਾ ਕਰਕੇ, ਜਦਕਿ ਇਹੋ ਜਿਹਾ ਕਿ ਇਸ ਦੇ ਨਾਲ ਉਹ ਆਪਣੇ ਸਰੀਰ ਨੂੰ ਗਾਲ ਰਹੇ ਨੇ, ਆਪਣਾ ਸਰੀਰ ਜਿਹੜਾ ਉਹਨੂੰ ਖਤਮ ਕਰ ਰਹੇ ਨੇ, ਪਤਾ ਹੋਣ ਦੇ ਬਾਵਜੂਦ ਕਿ ਨਸ਼ਾ ਜਿਹੜਾ ਉਹ ਸਾਡੀ ਸਿਹਤ ਦੇ ਉੱਤੇ ਕਿਹੋ ਜਿਹਾ ਅਸਰ ਕਰਦਾ ਅਤੇ ਸਾਡੀ ਜ਼ਿੰਦਗੀ ਨੂੰ ਕਿੱਦਾਂ ਬਰਬਾਦ ਕਰਦਾ। ਨਸ਼ਾ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ, ਔਰ ਅੱਜ ਅਸੀਂ ਇਸ ਉੱਤੇ ਜ਼ਿਕਰ ਕਰ ਰਹੇ ਹਾਂ ਕਿ ਡਰੱਗ ਡੀ ਐਡਿਕਸ਼ਨ ਸੈਂਟਰਸ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬਣਾਏ ਤੇ ਗਏ ਨੇ, ਨਾ ਤਾਂ ਉਹ ਸੈਂਟਰਸ ਚੱਲਦੇ ਨੇ, ਨਾ ਤਾਂ ਉਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਔਰ ਕੀ ਅਸੀਂ ਕਹਿਣਾ ਚਾਹਾਂਗੇ, ਪੰਜਾਬੀ ਕੀ ਕਹਿਣਾ ਚਾਹੁੰਦੇ ਨੇ ਇਸ ਦੇ ਬਾਰੇ? 3472521232 ਇਹ ਸਾਡੀ ਫੋਨ ਲਾਈਨ ਨੰਬਰ ਹੈ ਜਿਸ ਦੇ ਉੱਤੇ ਤੁਸੀਂ ਸਾਨੂੰ ਡਾਇਰੈਕਟ ਕਾਲ ਕਰ ਸਕਦੇ ਹੋ। ਔਰ ਸਾਡੇ ਆ ਜਿਹੜਾ ਕਲਚਰ ਸੀ ਪੰਜਾਬ ਦਾ, ਉਹਦੇ ਵਿੱਚ ਖਾਸ ਤੌਰ 'ਤੇ ਪੰਜਾਬੀਆਂ ਦੇ ਅੰਦਰ, ਉਹ ਇਹਨਾਂ ਚੀਜ਼ਾਂ ਤੋਂ ਬੜੇ ਜ਼ਿਆਦਾ ਦੂਰ ਰਹਿੰਦੇ ਸੀ, ਲੇਕਿਨ ਅੱਜ ਸਾਡੀ ਹੀ ਇਹ ਕੌਮ, ਚਾਹੇ ਉਹ ਹਾਰਡ ਡਰਿੰਕਸ ਨੇ, ਸ਼ਰਾਬ ਵਗੈਰਾ ਸਭ ਕੁਛ ਹੈ, ਅਫੀਮ, ਭੁੱਕੀ, ਇੱਕ ਤਾਂ ਮੈਂ ਉਹ ਕੀ ਸੁਣਿਆ ਸੀ, ਪਤਾ ਨਹੀਂ ਕੀ ਜੀ, ਚਿੱਟਾ ਚਿੱਟਾ ਪਤਾ ਨਹੀਂ ਕੀ ਕਹਿੰਦੇ ਹੁੰਦੇ, ਇਹ ਸਭ ਚੀਜ਼ਾਂ ਦੇ ਅੰਦਰ ਡੁੱਬੇ ਹੋਏ ਨੇ। ਕਾਲਰ ਸਾਡੇ ਨਾਲ, ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ, ਕਿੱਥੋਂ ਬੋਲ ਰਹੇ ਹੋ? ਮੈਂ ਜੀ ਰਣਜੀਤ ਸਿੰਘ ਬੋਲ ਰਿਹਾ ਜੀ। ਜੀ ਬਹੁਤ ਬਹੁਤ ਸਵਾਗਤ ਹੈ ਜੀ, ਤੁਸੀਂ ਸਾਡਾ ਟੌਪਿਕ ਸੁਣਿਆ? ਮੈਂ ਤੁਹਾਡਾ ਟੌਪਿਕ ਸੁਣਿਆ, ਨਸ਼ਾ ਜਿਹੜਾ ਨਾ, ਨਸ਼ੇ ਦੀ ਲਿਮਿਟ ਹੁੰਦੀ। ਹਾਂ ਜੀ। ਹੁਣ ਆਪਾਂ ਕੋਈ ਮੈਡੀਸਨ ਲੈਂਦੇ ਹਾਂ, ਉਹਦੇ ਵਿੱਚ ਵੀ ਨਸ਼ਾ ਹੈ ਜੀ, ਐਡਵਿਲ ਲੈ ਲਓ, ਜਿੰਨੀ ਮਰਜ਼ੀ ਜੋ ਵੀ ਮੈਡੀਸਨ ਲਓਗੇ ਉਹਦੇ ਵਿੱਚ ਵੀ ਨਸ਼ਾ। ਜੀ ਜੀ ਜੀ, ਉਹ ਤਾਂ ਪਤਾ ਹੀ ਹੈ। ਹਾਂਜੀ, ਉਹ ਤਾਂ ਅਸੀਂ ਜਾਣਦੇ ਹਾਂ। ਅੱਜ ਅਸੀਂ ਗੱਲ ਕਰ ਰਹੇ ਕਿ ਜਿਹੜੇ ਡਰੱਗ ਡੀ ਐਡਿਕਸ਼ਨ ਸੈਂਟਰਸ ਖੋਲ੍ਹੇ ਗਏ ਨੇ ਪੰਜਾਬ ਦੇ ਵਿੱਚ, ਬਹੁਤ ਸਾਰੇ ਨੇ, ਜੇ ਆਪਾਂ ਕਹਿੰਦੇ ਹਾਂ ਕਿ ਇੱਧਰ ਤਾਂ ਨਸ਼ਾ ਹੈ ਹੀ ਨਹੀਂ, ਫਿਰ ਉਹਨਾਂ ਸੈਂਟਰਸ ਦੀ ਵੀ ਕੀ ਜ਼ਰੂਰਤ ਸੀ? ਉਹ ਬਸ ਲੋਕਾਂ ਨੂੰ ਵਿਖਾਉਣ ਲਈ ਜੋ ਮਰਜ਼ੀ ਕਰ ਲਈਏ। ਹੁਣ ਆਪਣੇ ਅੱਜ ਉਹਨੇ ਬੋਲ ਕੇ ਗਏ ਨੇ ਜੀ ਬਾਦਲ ਸਾਹਿਬ ਜੀ, ਨਸ਼ਾ ਕੋਈ ਲਏਗਾ ਇੱਥੇ ਪੰਜਾਬ, ਨਸ਼ਾ ਕੋਈ ਲਏਗਾ। ਹੁਣ BSF ਤੇ ਲਾਇਆ ਰੋਗ ਜੀ, ਜਿਹੜੀ BSF ਉਹਨੂੰ ਨਸ਼ਾ ਫੜ ਰਹੀ ਹੈ ਤੇ ਉਹ ਕਹਿੰਦੇ ਨਾ ਵੀ ਸੈਂਟਰ ਦੀ ਗਵਰਨਮੈਂਟ ਹੈ ਜੀ। ਨਸ਼ਾ ਜੇ ਆਪਾਂ ਰੋਕਾਂਗੇ ਨਾ, ਨਸ਼ਾ ਬਹੁਤ ਰੋਕ ਸਕਦਾ ਹੈ, ਪਰ ਸਾਡੀ ਜਿਹੜੀ ਸਰਕਾਰ ਹੈ ਨਾ ਇਹ ਰੋਕਣਾ ਨਹੀਂ ਚਾਹੁੰਦੀ ਜੀ। ਅੱਛਾ, ਤੁਹਾਡੇ ਮੁਤਾਬਿਕ ਸਾਡੇ ਜਿਹੜੇ ਸਰਕਾਰ ਹੈ ਉਹ ਸ਼ਾਇਦ ਨਸ਼ਾ ਰੁਕਣਾ ਹੀ ਨਹੀਂ ਚਾਹੁੰਦੀ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਇਸ ਤੋਂ ਬਾਅਦ ਸਾਡੇ ਨਾਲ ਸਾਡੇ ਅਗਲੇ ਕਾਲਰ ਜੁੜ ਚੁੱਕੇ ਨੇ ਲਾਈਨ ਤੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ, ਕਿੱਥੋਂ ਬੋਲ ਰਹੇ ਹੋ? ਮੈਂ ਹਰਪ੍ਰੀਤ ਸਿੰਘ ਮਿਸ਼ੀਗਨ ਤੋਂ ਬੋਲ ਰਿਹਾ ਭੈਣ ਜੀ। ਜੀ ਹਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ। ਹਰਪ੍ਰੀਤ ਜੀ, ਟੌਪਿਕ ਸੁਣਿਆ ਤੁਸੀਂ? ਹਾਂਜੀ ਸੁਣਿਆ, ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹੁੰਦਾ। ਇੱਕ ਤਾਂ ਜਿਹੜੇ ਆਪਾਂ ਜਿੱਦਾਂ ਰੋਜ਼ ਰੋਜ਼ TV ਦੇ ਵਿੱਚ ਕੋਈ ਮੁੱਦਾ ਲੈ ਕੇ ਆਉਂਦੇ ਆ, ਇਹਦੇ ਨਾਲੋਂ ਵਧੀਆ ਤਾਂ ਇਹ ਆ ਵੀ ਜਿਹੜੇ ਜਿਹੜੇ ਆਪਾਂ ਸਿੰਗਰ ਹੈ, ਇੱਕ ਬੰਦੂਕਾਂ ਨਾਲ, ਇੱਕ ਨਸ਼ਿਆਂ ਨਾਲ, ਇੱਕ ਗਾਣਾ ਆਇਆ ਸੀਗਾ, ਇੱਕ ਕੁੜੀ ਇੱਕ ਗੀਤ ਗਾ ਰਹੀ ਹੈ ਵੀ ਮੈਂ ਤੇਰੇ ਕੋਲ ਆਈ ਸੀਗੀ ਸੁੱਟਾ ਪੀ ਕੇ ਤੂੰ ਸੌਂ ਗਿਆ, ਜਾਂ ਫਿਰ ਹਥਿਆਰ ਜੱਟਾਂ ਦੇ ਗੰਡਾਸੇ, ਮਤਲਬ ਇਹ ਚੀਜ਼ਾਂ ਨੂੰ ਰੋਕਣ ਦੀ ਲੋੜ ਹੈ, ਨਾ ਕਿ ਆਪਾਂ ਨੂੰ ਵੀ ਹਨਾ ਭੈਣ ਜੀ, ਮੈਂ ਤੁਸੀਂ ਦੱਸੋ ਮੈਂ ਗਲਤ ਹੈ ਕਿ ਰੋਂਗ? ਨਹੀਂ ਨਹੀਂ, ਤੁਸੀਂ ਗੱਲ ਬਿਲਕੁਲ ਸਹੀ ਕਹਿ ਰਹੇ ਹੋ। ਜੇ ਤੁਸੀਂ, ਮੈਨੂੰ ਲੱਗਦਾ ਕਿ ਪਿਛਲੇ ਕੁਝ ਐਪੀਸੋਡਸ ਮਿਸ ਕੀਤੇ ਹੋਣਗੇ ਸ਼ਾਇਦ, ਅਸੀਂ ਉਹਨਾਂ ਦੇ ਵਿੱਚ ਇਸ ਦੇ ਬਾਰੇ ਸਪੈਸ਼ਲੀ, ਇਸ ਦੇ ਵਿੱਚ ਅਸੀਂ ਇੱਕ ਮੁੱਦਾ ਚੱਕਿਆ ਸੀ, ਔਰ ਮੇਰੇ ਖਿਆਲ ਨਾਲ ਮੈਂ 2 ਜਾਂ 3 ਦਿਨ ਲਗਾਤਾਰ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਹੈ। ਅੱਛਾ ਸੌਰੀ, ਮੈਂ ਫਿਰ ਮੈਂ ਪਹਿਲੀ ਫਸਟ ਟਾਈਮ ਮੈਂ ਦੇਖ ਰਿਹਾ। ਨਹੀਂ 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 ਜੀ, ਕੋਈ ਗੱਲ ਨਹੀਂ, ਤੁਹਾਡੇ ਸਾਰਿਆਂ ਦੇ ਵਿਊਜ਼ ਸਾਡੇ ਵਾਸਤੇ ਬੜੇ ਪ੍ਰੈਸ਼ੀਅਸ ਨੇ, ਥੈਂਕ ਯੂ ਸੋ ਮਚ। ਪਰ ਇਹ ਗੱਲ ਨਾਲ ਤੁਸੀਂ ਕਿੰਨਾ ਕੁ ਸਹਿਮਤ ਹੋ ਕਿ ਡਰੱਗ ਡੀ ਐਡਿਕਸ਼ਨ ਸੈਂਟਰਸ ਤੇ ਇੰਨੇ ਸਾਰੇ ਬਣਾ ਦਿੱਤੇ ਗਏ ਨੇ ਪੰਜਾਬ ਦੇ ਵਿੱਚ, ਲੇਕਿਨ ਨਾ ਤੇ ਉਹ ਕਾਰਗਰ ਸਾਬਿਤ ਹੋ ਰਿਹਾ ਕੁਝ ਵੀ, ਕਿਉਂਕਿ ਲੋਕੀ ਤੇ ਉੱਥੇ ਤੁਹਾਨੂੰ ਕੋਈ ਵੀ ਇੱਕਾ ਦੁੱਕਾ ਕੋਈ ਮਿਲ ਜੇ ਜਿਹਨੂੰ ਜ਼ਬਰਦਸਤੀ ਥੋਪਿਆ ਜਾਂਦਾ ਹੈ, ਉਹ ਬੇਸ਼ੱਕ ਉੱਧਰ ਮਿਲ ਜਾਵੇ ਉਹ ਸੈਂਟਰ ਦੇ ਅੰਦਰ, ਲੇਕਿਨ ਨਹੀਂ ਲੋਕੀ ਨਸ਼ਾ ਛੱਡਣਾ ਚਾਹੁੰਦੇ। ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਜਿੱਥੇ
हेलो जी हाँ जी, मैं ये गल कहना चाहना जिथे आ बना रहे हैं भी नशा रोको तो उसके सामने दो ठेके हो फिर आप की करांगे। रियली एक्चुअल थोड़ा पॉइंट जो नोट करन वाला है, बहुत बहुत शुक्रिया थोड़ा कॉल करने के लिए, बड़ा सही पॉइंट सी। एक पास नशा छुड़ाओ केंद्र होंगे, वो सामने दो ठेके होंगे ने। अगले कॉलर साढ़े नाल, हैलो 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 जी जी सत श्री अकाल, कौन बोल रहे जी, कितों बोल रहे हो? मैं बरिंदर आलूवालिया कैलिफोर्निया तो बोल रहा जी। सत श्री अकाल बरिंदर जी, ठीक ठाक हो तुसी? सब मेहरबानी थोड़ी कृपा परमात्मा की कृपा है जी। हाँ जी हाँ, देखो जी नशा छुट नहीं सकता इस करके कि साढ़े अंदर अपने अंदर ही विल पावर नहीं है, असी कुछ कर ही नहीं सकते जी। ते नशा ठेके जड़े ने एक फैशन बन गया, ठेकिया नू ता तानू ताले ते जंगले लाने पैंदे ने, सवेरे 7 तो लैके ते राती 11 बजे तक खूब व्यापार हुंदा जे, दूध पीन नू कोई तैयार नहीं। बिल्कुल जे आपां इधर कई लोग आंदे ने ना, टूरिस्ट आंदे कि इधर, उन्हां नू बड़ा सरप्राइज जिहा हुंदा। इवन मैं कुछ दिन पहले किसी नाल गल कर रही सी, कहिंदे कि इधर आके कोई दुकान नहीं सी खुली, सब तो पहला ठेका खुलिया होया सी। Exactly. क्योंकि तुसी व्याह शादियां च शराब नहीं है ते शादी कुछ नहीं जी, घर कोई पार्टी है उत्थे शराब नहीं ते तां कुछ नहीं। सरदारां दे घर च माफ करना, ग्रंथ साहिब दा प्रकाश हुंदा है ते लिविंग रूम ते जाओ ते बार खुली हुंदी है। ये जिहड़े सिस्टम है ये मैनूं समझ नहीं है जी। ते ये साडे च विल पावर जद ना होवे ना ते उस करके नहीं छुट सकदा। नशे दे नाल ਤੁਹਾਡਾ ਦਿਮਾਗ ਸੁੰਨ ਹੋ ਜਾਂਦਾ, ਤੁਸੀਂ ਕੁਝ ਹੋਰ ਕੰਮ ਨਹੀਂ ਕਰ ਸਕਦੇ, ਤੁਸੀਂ ਸੌਂ ਜਾਂਦੇ ਹੋ ਜੀ। ਤੇ ਲੋਕੀ ਸਮਝਦੇ ਮੈਨੂੰ ਆਰਾਮ ਆ ਰਿਹਾ, ਆਰਾਮ ਨਹੀਂ ਆ ਰਿਹਾ, ਤੁਸੀਂ ਮੱਤ ਮਾਰ ਲਈ ਆਪਣੀ ਜੀ 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 ਬਰਬਾਦੀ ਹੋ ਰਹੀ ਹੈ। ਪਰ ਇਹ ਹੈ ਕਿ ਹਰ ਸ਼ਰਾਬ ਦੀ ਬੋਤਲ ਦੇ ਉੱਤੇ ਇੱਕ ਲਫ਼ਜ਼ ਲਿਖ ਦਿੱਤਾ ਜਾਏ, ਰਾਮ ਨਾਮ ਸੱਤ ਹੈ, ਜਿਹੜਾ ਪੀਓ ਪਹਿਲੇ ਪੜ੍ਹੇ ਤੇ ਆਪੀ ਸ਼ਾਇਦ ਫਰਕ ਪੈ ਜਾਏਗਾ ਜੀ। ਜੀ ਬਿਲਕੁਲ, ਰੀਅਲੀ ਐਪਰੀਸ਼ੀਏਬਲ ਆਲੂਵਾਲੀਆ ਸਾਹਿਬ, ਵਟ ਐਵਰ ਯੂ ਸੇ ਮੈਨੂੰ ਬਹੁਤ ਚੰਗਾ ਲੱਗਦਾ ਹੈ। ਹਮੇਸ਼ਾ ਕੋਈ ਠੋਸ ਗੱਲ ਹੁੰਦੀ ਹੈ ਉਸਦੇ ਵਿੱਚ, ਪੁਆਇੰਟ ਨੋਟ ਕਰਨ ਵਾਲਾ ਹੁੰਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ ਬਰਿੰਦਰ ਆਲੂਵਾਲੀਆ ਜੀ, ਸਾਡੇ ਨਾਲ ਲਗਾਤਾਰ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਰਹਿੰਦੇ ਨੇ ਹਮੇਸ਼ਾ ਹੀ, ਬੜੇ ਸਾਰੇ ਕਾਲਰਸ ਦੇ ਅੱਜ ਵੀ ਸਾਨੂੰ ਕਾਲ ਆ ਰਹੇ ਨੇ, ਦੱਸ ਰਹੇ ਨੇ ਕਿ ਨਸ਼ਾ ਛੁਡਾਊ ਕੇਂਦਰਾਂ ਦੇ ਬਾਰੇ ਅੱਜ ਅਸੀਂ ਜ਼ਿਕਰ ਕਰ ਰਹੇ ਹਾਂ। ਲੇਕਿਨ ਫਿਲਹਾਲ ਨਾ ਜੀ, ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ ਵਕਤ ਹੋ ਗਿਆ, ਫਿਰ ਇਸ ਦੇ ਉੱਤੇ ਡਿਸਕਸ ਕਰਦੇ ਹਾਂ। ਲਾਲ ਪਰੀ ਉਂਗਲਾਂ ਦੇ ਸਭ ਨੂੰ ਨਚਾਉਂਦੀ ਹੈ, ਤੇ ਇਸੇ ਲਾਲ ਪਰੀ ਨੇ ਸਾਡੇ ਪੂਰੇ ਪੰਜਾਬ ਨੂੰ ਨਚਾ ਰੱਖਿਆ, ਇਸੇ ਨਸ਼ੇ ਨੇ ਸਾਡੇ ਪੂਰੇ ਪੰਜਾਬ ਨੂੰ ਨਚਾ ਰੱਖਿਆ। ਲੇਕਿਨ ਅਸੀਂ ਨੱਚ ਰਹੇ ਹਾਂ, ਡਰੱਗ ਡੀਐਡਿਕਸ਼ਨ ਸੈਂਟਰਸ ਤੇ ਖੋਲੇ ਜਾਂਦੇ ਨੇ ਪਰ ਕਾਰਗਰ ਵੀ ਸਾਬਿਤ ਨਹੀਂ। ਔਰ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਤਾਂ ਨਸ਼ਾ ਹੀ ਹੈ ਨਹੀਂ, ਜੇ ਨਸ਼ਾ ਹੀ ਹੈ ਨਹੀਂ ਤਾਂ ਫਿਰ ਡਰੱਗ ਡੀਐਡਿਕਸ਼ਨ ਸੈਂਟਰਸ ਕਿਉਂ ਖੋਲੇ ਨੇ? ਗੱਲ ਕਰਦੇ ਹਾਂ ਆਪਣੇ ਅਗਲੇ ਕਾਲਰ ਨਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਰਣਜੋਤ ਸਿੰਘ ਬੋਲ ਰਿਹਾ ਜੀ, ਨਿਊਯਾਰਕ ਤੋਂ। ਜੀ ਬਹੁਤ ਬਹੁਤ ਸਵਾਗਤ ਹੈ ਜੀ, ਕੀ ਕਹਿਣਾ ਚਾਹੋਗੇ? ਤੁਸੀਂ ਬਹੁਤ ਸੋਹਣਾ ਟੌਪਿਕ ਸੁਣਿਆ ਨਸ਼ੇ ਬਾਰੇ ਜੀ, ਤੇ ਮੈਂ ਇੱਥੇ ਕਹਿਣਾ ਚਾਹੂੰਗਾ ਕਿ ਪੰਜਾਬ ਵਿੱਚ ਨਸ਼ੇ ਦੀ ਭਰਮਾਰ ਹੈ ਇਸ ਵੇਲੇ, ਜਿਵੇਂ ਸਰਕਾਰ ਹੁਣ ਕਹਿ ਰਹੀ ਹੈ ਪੰਜਾਬ ਵਿੱਚ ਨਸ਼ਾ ਬਿਲਕੁਲ ਨਹੀਂ ਹੈ, ਇਹ ਤਾਂ ਸਾਰਾ ਸਰ ਝੂਠ ਹੈ ਜੀ। ਹਰ ਪਿੰਡ ਪਿੰਡ ਸ਼ਹਿਰ ਸ਼ਹਿਰ ਠੇਕੇ ਨੇ, ਉਹਨੇ ਜ਼ਿਲ੍ਹੇ ਵਿੱਚ ਹਸਪਤਾਲ ਕਿ ਜਿੰਨੇ ਨਵੇਂ ਠੇਕੇ ਖੋਲ ਰੱਖੇ ਨੇ। ਜੀ ਨਸ਼ਿਆਂ ਨੂੰ ਬਿਲਕੁਲ ਸਹੀ ਗੱਲ ਹੈ ਜੀ, ਕਿ ਆਪਾਂ ਇੱਕ ਪਾਸੇ ਜੇਕਰ ਇਹ ਕਹੀਏ ਕਿ ਇੱਧਰ ਨਸ਼ਾ ਹੈ ਹੀ ਨਹੀਂ, ਤੇ ਉਹ ਤੇ ਵਾਕਈ ਝੂਠ ਗੱਲ ਹੈ, ਉਹਨੂੰ ਉਹਦੇ ਨਾਲ ਅਸੀਂ ਕਦੀ ਵੀ ਐਗਰੀ ਨਹੀਂ ਕਰ ਸਕਦੇ। ਬਿਲਕੁਲ ਬਿਲਕੁਲ, ਇਹ ਬਿਲਕੁਲ ਝੂਠ ਗੱਲ ਹੈ। ਤੁਸੀਂ ਆਪ ਦੱਸ ਸਕਦੇ ਕਿ ਉਸ ਜ਼ਿਲ੍ਹੇ ਵਿੱਚ ਉਨੇ ਹਸਪੀਟਲ ਨਹੀਂ ਹੈ, ਉਨੇ ਆ ਸਿਹਤ ਕੇਂਦਰ ਨਹੀਂ ਹੈ ਜਿੰਨੇ ਕਿ ਠੇਕੇ, ਹਰ ਪਿੰਡ ਹਰ ਸ਼ਹਿਰ ਹਰ ਗਲੀ ਮੁਹੱਲੇ 'ਚ ਠੇਕੇ ਦੇ ਸ਼ਰਾਬ ਦੇ ਜੀ। ਸਾਡੇ ਤਾਂ ਇੱਕ ਕਾਲਰ ਸੀ, ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿੱਧਰ ਨਸ਼ਾ ਛੁਡਾਓ ਕੇਂਦਰ ਹੁੰਦਾ ਉਹਦੇ ਠੀਕ ਸਾਹਮਣੇ ਦੋ ਠੇਕੇ ਤੱਕ ਖੋਲ ਦਿੱਤੇ ਜਾਂਦੇ ਨੇ, ਤੇ ਉਹੀ ਬਿਲਕੁਲ ਬਿਲਕੁਲ ਜੀ, ਬਿਲਕੁਲ ਇੱਕ ਦਿਖਾਵਾ ਹੈ ਨਸ਼ਾ ਛੁਡਾਈ ਕੇਂਦਰਾਂ ਦਾ ਜੀ। ਸਹੀ ਹੈ, ਗਵਰਨਮੈਂਟ ਸਾਰੇ ਆ ਰਹੀ ਹੈ ਤੇ ਇਹਨਾਂ ਨੂੰ ਸਿਰਫ ਇੱਕ ਲੋਕਾਂ ਨੇ ਦਿਖਾਵੇ ਲਈ ਕੇਂਦਰ ਖੋਲ ਰੱਖੇ ਨੇ ਦਿਖਾਵੇ ਵਾਸਤੇ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਸਾਡੇ ਇਹ ਜਿਹੜੇ ਕਾਲਰ ਸੀ, ਇਹਨਾਂ ਦਾ ਕਹਿਣਾ ਸੀ ਕਿ ਇਹ ਜਿਹੜੇ ਕੇਂਦਰ ਖੋਲੇ ਜਾ ਰਹੇ ਨੇ ਸਿਰਫ ਇੱਕ ਦਿਖਾਵੇ ਵਾਸਤੇ ਨੇ, ਕਿਉਂਕਿ ਠੇਕੇ ਵੱਧ ਨੇ ਅਤੇ ਸਿਹਤ ਕੇਂਦਰ ਜਿਹੜੇ ਨੇ, ਸਿਹਤ ਵਿਭਾਗ ਵਗੈਰਾ ਜਿਹੜਾ ਵੀ ਹੈ ਉਹ ਕੇਂਦਰਾਂ ਨੂੰ ਘੱਟ ਬਣਾ ਰਿਹਾ, ਲੇਕਿਨ ਇਹੋ ਜਿਹੇ ਕੇਂਦਰਾਂ ਨੂੰ ਵੱਧ ਬਣਾ ਰਿਹਾ ਸਿਰਫ ਇੱਕ ਦਿਖਾਵੇ ਵਾਸਤੇ। ਔਰ ਇੱਕ ਪਾਸੇ ਅਸੀਂ ਗੱਲ ਕਰ ਰਹੇ ਹਾਂ, ਸਾਡੇ ਪੰਜਾਬ ਦੇ ਵਿੱਚ ਤਾਂ ਨਸ਼ਾ ਹੈ ਹੀ ਨਹੀਂ, ਕੌਣ ਕਹਿੰਦਾ ਨਸ਼ਾ, ਭਲਾ ਕਿਸੇ ਨੇ ਕਿਹਾ, ਕਦ ਕਿਹਾ, ਕਿਉਂ ਕਿਹਾ,
ਜੇ ਕਿਹਾ ਤਾਂ ਫਿਰ ਭਲਾ ਉਹ ਇਸ ਗੱਲ ਦਾ ਵੀ ਜਵਾਬ ਦੇਣ ਕਿ ਇੱਧਰ ਫਿਰ ਨਸ਼ਾ ਛੁਡਾਊ ਕੇਂਦਰ ਕਿਉਂ ਬਣਾਏ ਗਏ ਜੇਕਰ ਨਸ਼ਾ ਹੈ ਹੀ ਨਹੀਂ। ਹੁਣ ਜਿੱਦਾਂ ਕਿ ਆਪਾਂ ਗੁਜਰਾਤ ਦੀ ਗੱਲ ਕਰੀਏ ਤਾਂ ਉੱਥੇ ਡਰਾਈ ਸਟੇਟ ਉਹਨੂੰ ਡਿਕਲੇਅਰ ਕਰ ਦਿੱਤਾ ਗਿਆ, ਉੱਧਰ ਹੁਣ ਇਹ ਸਭ ਕੁਝ ਬੰਦ ਹੋ ਰਿਹਾ, ਇੱਕ ਐਪਰੀਸੀਏਸ਼ਨ ਆਪਾਂ ਇਸ ਚੀਜ਼ ਦੀ ਕਰ ਸਕਦੇ ਹਾਂ। ਅਗਲੇ ਕਾਲਰ ਸਾਡੇ ਨਾਲ, ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਅਰਵਿੰਦ ਬੋਲਦੀ ਹਾਂ। ਜੀ ਅਰਵਿੰਦ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਅਰਵਿੰਦ ਜੀ, ਟੌਪਿਕ ਸੁਣਿਆ? ਨਹੀਂ ਜੀ, ਮੈਂ ਨਾ ਹੁਣੇ ਟੀਵੀ ਲਾਇਆ ਸੀਗਾ ਤੇ ਅੱਛਾ ਮੇਰਾ ਦਿਲ ਕੀਤਾ ਤੁਹਾਡੇ ਨਾਲ ਗੱਲ ਕਰਨ ਦਾ, ਮੈਂ ਫੋਨ ਮਿਲਾਤਾ। ਜੀ ਬਹੁਤ ਬਹੁਤ ਸ਼ੁਕਰੀਆ। ਅੱਛਾ ਅਰਵਿੰਦ ਜੀ, ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਨਾ ਡਰੱਗ ਡੀ ਐਡਿਕਸ਼ਨ ਸੈਂਟਰਸ ਬਹੁਤ ਜ਼ਿਆਦਾ ਨੇ, ਲੇਕਿਨ ਨਾ ਤੇ ਔਰ ਇੱਕ ਪਾਸੇ ਅਸੀਂ ਗੱਲ ਕਰ ਰਹੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਨਸ਼ਾ ਹੀ ਹੈ ਨਹੀਂ। ਹਾਂਜੀ ਹਾਂਜੀ, ਤੇ ਕੀ ਕਹਿਣਾ ਲੋਕਾਂ ਚ ਅਵੇਅਰਨੈਸ ਤਾਂ ਹੁਣ। ਜੀ ਜੀ ਹੈਲੋ, ਜੀ ਜੀ ਮੈਂ ਸੁਣ ਰਹੀ ਹਾਂ ਤੁਹਾਨੂੰ। ਹਾਂਜੀ, ਆਮ ਜਸਟ ਸੇਇੰਗ ਕਿ ਲੋਕਾਂ ਚ ਅਵੇਅਰਨੈਸ ਤਾਂ ਹੁਣ ਬਹੁਤ ਹੋ ਗਈ ਹੈ, ਲਾਈਕ ਯੂ ਨੋ ਦੇਰ ਆਰ ਸੋ ਮੈਨੀ ਐਜੂਕੇਸ਼ਨਲ ਸੈਂਟਰਸ ਫਾਰ ਪੀਪਲ। ਪਿੰਡਾਂ ਵਿੱਚ ਆਈ ਥਿੰਕ ਹੁਣ ਪੀਪਲ ਆਰ ਟੇਕਿੰਗ ਮੋਰ ਡਰੱਗਸ, ਬਾਕੀ ਜੇ ਤੁਸੀਂ ਸਿਟੀਜ਼ ਵੱਲ ਦੇਖੋ ਆਈ ਥਿੰਕ ਹੁਣ ਤਾਂ ਪੀਪਲ ਕਾਫੀ ਐਜੂਕੇਟਿਡ ਹੋ ਗਏ ਹੈ। ਨਹੀਂ, ਮੈਂ ਨਾ ਇੱਥੇ ਤੁਹਾਨੂੰ ਕਰੈਕਟ ਕਰਨਾ ਚਾਹਾਂਗੀ ਥੋੜਾ ਜਿਹਾ ਕਿ ਇਹੋ ਜਿਹੀ ਗੱਲ ਨਹੀਂ ਹੈ, ਬਲਕਿ ਸ਼ਹਿਰਾਂ ਦੇ ਵਿੱਚ ਵੀ ਜੇ ਪਿੰਡਾਂ ਤੋਂ ਸ਼ਹਿਰਾਂ ਦੇ ਵੀ ਵੱਲ ਬੱਚੇ ਆ ਰਹੇ ਨੇ ਜਾਂ ਯੂਥ ਆ ਰਿਹਾ ਹੈ, ਬਹੁਤ ਜ਼ਿਆਦਾ ਨਸ਼ਾ ਕੀਤਾ ਜਾ ਰਿਹਾ ਯੂਨੀਵਰਸਿਟੀਜ਼ ਦੇ ਵਿੱਚ, ਕਾਲਜਸ ਦੇ ਵਿੱਚ, ਭਾਵੇਂ ਪ੍ਰਾਈਵੇਟ ਸੈਕਟਰ ਹੋਵੇ, ਗਵਰਨਮੈਂਟ ਸੈਕਟਰ ਹੋਵੇ, ਹਰ ਥਾਂ ਦੇ ਉੱਤੇ ਅੱਜ ਕੱਲ੍ਹ ਨਸ਼ਾ ਹੈ। ਤੇ ਆਈ ਥਿੰਕ ਯੂ ਆਰ ਐਬਸੋਲੂਟਲੀ ਰਾਈਟ ਔਨ ਦਿਸ, ਸਿਟੀਜ਼ ਵਿੱਚ ਵੀ ਅੱਜ ਕੱਲ੍ਹ ਤਾਂ ਹਾਂਜੀ ਹੈਗਾ ਹੀ ਹੈ ਜੀ, ਡਰੱਗਸ ਬਹੁਤ ਕਾਫੀ ਚੱਲ ਰਿਹਾ। ਤੇ ਆਈ ਥਿੰਕ ਪੀਪਲ ਚ ਅਵੇਅਰਨੈਸ ਕਰਨੀ ਚਾਹੀਦੀ ਹੈ, ਇਹਨਾਂ ਨੂੰ ਹੋਰ ਐਜੂਕੇਸ਼ਨਲ ਸੈਂਟਰ ਖੋਲਣੇ ਚਾਹੀਦੇ ਹੈ ਫੋਰ ਡਰੱਗ ਅਵੇਅਰਨੈਸ ਐਂਡ ਐਵਰੀਥਿੰਗ, ਤੇ ਬੱਚਿਆਂ ਨੂੰ ਦੂਜੇ ਕਿਸੇ ਹੋਰ ਪਾਸੇ ਲਾਣਾ ਚਾਹੀਦਾ ਇੰਸਟਡ ਆਫ ਲਾਈਕ ਟੇਕਿੰਗ ਡਰੱਗਸ ਐਂਡ ਐਵਰੀਥਿੰਗ, ਯੂ ਨੋ ਉਹਨਾਂ ਦਾ ਧਿਆਨ ਕਿਸੇ ਪਾਸੇ ਲਾਇਆ ਜਾਵੇ। ਜੀ, ਸੋ ਤੁਹਾਡੇ ਮੁਤਾਬਿਕ ਬੱਚਿਆਂ ਦਾ ਧਿਆਨ ਕਿਸੇ ਹੋਰ ਪਾਸੇ ਮੋੜਿਆ ਜਾਵੇ। ਜੀ, ਇਹ ਵੀ ਗੱਲ ਸਹੀ ਹੈ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ। ਸਾਡੇ ਸ਼ੋਅ ਦੇ ਅਜੇ ਪਹਿਲੇ ਫੀਮੇਲ ਕਾਲਰ ਸੀਗੇ ਜੀ, ਜਿਨ੍ਹਾਂ ਨੇ ਕਿਹਾ ਕਿ ਐਜੂਕੇਸ਼ਨ ਜੇਕਰ ਇਹਦੇ ਬਾਰੇ ਦਿੱਤੀ ਜਾਵੇ ਤਾਂ ਸ਼ਾਇਦ ਕੋਈ ਸੁਧਾਰ ਹੋ ਜਾਵੇ, ਲੇਕਿਨ ਇਹਨਾਂ ਨੂੰ ਨਸ਼ੇ ਨੂੰ ਹਟਾਉਣ ਵਾਸਤੇ, ਸੁਧਾਰ ਵਾਸਤੇ, ਨਸ਼ਾ ਛੁਡਾਓ ਵੱਡੇ ਵੱਡੇ ਕੇਂਦਰ ਹੈ ਜੀ, ਕਿਆ ਬਾਤ ਕੇਂਦਰ ਹੈ, ਕਹਿੰਦੇ ਲੈਂਥ ਹੀ ਨਹੀਂ ਖਤਮ ਹੁੰਦੀ ਵੇਖਦੇ ਜਾਓ ਤੁਸੀਂ, ਲੇਕਿਨ ਇੱਕ ਗੱਲ ਹੋਰ ਵੇਖੋ ਕਿ ਉਸ ਨਸ਼ਾ ਕੇਂਦਰ ਦੇ ਅੰਦਰ ਇੱਕ ਵੀ ਬੰਦਾ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗਾ, ਔਰ ਇੱਕ ਪਾਸੇ ਅਸੀਂ ਗੱਲ ਕਰ ਰਹੇ ਸਾਡੇ ਪੰਜਾਬ ਦੇ ਵਿੱਚ ਤਾਂ ਨਸ਼ਾ ਹੈ ਹੀ ਨਹੀਂ, ਜੇ ਨਸ਼ਾ ਹੀ ਨਹੀਂ ਹੈ ਤਾਂ ਨਸ਼ਾ ਛੁਡਾਓ ਕੇਂਦਰ ਕਿਉਂ ਹੈ? ਗੱਲ ਕਰਦੇ ਹਾਂ ਆਪਣੇ ਅਗਲੇ ਕਾਲਰ ਨਾਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ ਜੀ? ਹੈਲੋ, ਮੈਂ ਰੀਤ ਬੋਲਦੀ ਹਾਂ ਜੀ। ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਕਰ ਰਹੇ ਹੋ ਤੁਸੀਂ? ਮੈਂ ਟੀਵੀ ਦੇਖ ਰਹੀ ਸੀ। ਓ ਅੱਛਾ, ਘਰੇ ਕੋਈ ਵੱਡਾ ਹੈ ਇਸ ਵੇਲੇ? ਹਾਂਜੀ। ਮੈਂ ਉਹਨਾਂ ਨਾਲ ਗੱਲ ਕਰ ਸਕਦੀ ਹਾਂ? ਹਾਂਜੀ, ਕਰਾਓ ਗੱਲ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਠੀਕ ਹੋ? ਸਾਡੇ ਪੰਜਾਬ ਦੇ ਵਿੱਚ ਨਸ਼ਾ ਹੀ ਹੈ ਨੀ, ਤੇ ਦੂਜੇ ਪਾਸੇ ਅਸੀਂ ਡਰੱਗ ਡੀ ਐਡਿਕਸ਼ਨ ਸੈਂਟਰਸ ਖੋਲੀ ਦੇਖੀਏ ਤਾਂ ਬਹੁਤ ਜ਼ਿਆਦਾ ਖੋਲੇ ਗਏ ਨੇ, ਕਿਉਂ ਖੋਲੇ ਗਏ ਆ ਫਿਰ ਡਰੱਗ ਡੀ ਐਡਿਕਸ਼ਨ ਸੈਂਟਰਸ? ਹਾਂਜੀ। ਹੈਲੋ ਜੀ, ਸ਼ਾਇਦ ਸਾਡੀ ਲਾਈਨ ਜਿਹੜੀ ਆ ਉਹ ਡਿਸਕਨੈਕਟ ਹੋ ਗਈ ਹੈ, ਔਰ ਬੜੇ ਸਾਰੇ ਕਾਲਰਸ ਜਿਹੜੇ ਨੇ ਅੱਜ ਸਾਨੂੰ, ਅਗਲੇ ਕਾਲਰ ਵੀ ਸਾਡੇ ਨਾਲ। ਹੈਲੋ ਹੈਲੋ ਹੈਲੋ, ਮੈਂ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ, ਕਿੱਥੋਂ ਬੋਲ ਰਹੇ ਹੋ? ਮੈਡਮ, ਮੈਂ ਗੁਰਸੇਵ ਬੋਲਦਾ, ਨਿਊਯਾਰਕ ਤੋਂ ਜੀ। ਜੀ ਜੀ, ਬਹੁਤ ਬਹੁਤ ਸਵਾਗਤ ਹੈ। ਕੀ ਕਹਿਣਾ ਚਾਹੋਗੇ ਜੀ, ਇਸ ਟੌਪਿਕ ਸੁਣਿਆ ਤੁਸੀਂ? ਹਾਂਜੀ ਮੈਡਮ, ਸੁਣਿਆ ਟੌਪਿਕ, ਸ਼ਹਿਰ 5-4 ਕਿਲੋਮੀਟਰ ਦੂਰ ਜਾਣਾ ਪੈਂਦਾ, ਤੇ ਉਹਨਾਂ ਦਾ ਨੰਬਰ ਕੋਲੇ ਹੁੰਦਾ, ਕਾਲ ਕਰੋ ਤੇ ਨਸ਼ਾ ਜਿਹੜਾ ਚਾਹੀਦਾ ਤੁਹਾਡੇ ਉਹ ਘਰੇ ਪਜਾ ਜਾਂਦੇ ਆ, ਇਸ ਕਰਕੇ ਤਾਂ ਨਾ ਛੁੱਟ ਰਿਹਾ ਜੀ। ਕੁਝ ਮੁੱਦਿਆਂ ਨੂੰ ਬਹੁਤ ਜ਼ਿਆਦਾ ਸੀਰੀਅਸਲੀ ਸੋਚਦੇ ਹੋਣ ਇਹਨਾਂ ਦੇ ਉੱਤੇ, ਸ਼ਾਇਦ ਪੰਜਾਬ ਦੇ ਵਿੱਚ ਬੈਠੇ ਪੰਜਾਬੀ ਇਹਨਾਂ ਜ਼ਿਆਦਾ ਗੌਰ ਨਹੀਂ ਫਰਮਾਉਂਦੇ, ਬਹੁਤ ਘੱਟ ਲੋਕ ਹੁੰਦੇ ਨੇ ਸੰਧੂ ਸਾਹਿਬ ਵਰਗੇ ਜਿਹੜੇ ਸਾਡੇ ਹੈਲੋ ਗਲੋਬਲ ਪੰਜਾਬ ਪ੍ਰੋਗਰਾਮ ਕਰਦੇ ਆ ਕਿ ਉਹ ਪੰਜਾਬ ਬਾਰੇ ਸੋਚਦੇ ਹੋਣ। ਹਾਂਜੀ ਹਾਂਜੀ ਮੈਡਮ, ਪਰ ਸਾਨੂੰ ਪਤਾ ਲੱਗਦਾ ਰਹਿੰਦਾ, ਬੈਠੇ ਨੂੰ ਸਾਰਾ ਕੁਝ ਦੇਖਦੇ ਰਹਿੰਦੇ, ਸੁਣਦੇ ਰਹਿੰਦੇ ਜੀ। ਜੀ
खैर जी बहुत बहुत शुक्रिया जी, बहुत बहुत शुक्रिया थोड़ा। मैनू इन्हां दी गल बड़ी सही लगी। जेकर तुसी ना इधर अपनी हेल्थ रिलेटेड कोई प्रोडक्ट मंगाना उहदे लई तुहानूं महीनिया वेट करना पेगा शायद, या तुसी दुध मंगाना है या कोई डेली रोज़मर्रा दीआं चीज़ां मंगाउणियां उह मंगाउणियां औखियां, लेकिन दारू मंगाउणी बहुत सौखी है जनाब। गल करदे आं अगली कॉलर नाल। हैलो हैलो हेलो जी, ਗਲਵੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਡਮ, ਮੈਂ ਗੁਰਪ੍ਰੀਤ ਬੋਲ ਰਿਹਾ ਡਿਡਵਿੰਡੀ ਤੋਂ। ਜੀ ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ ਹੈ। ਕੀ ਕਹਿਣਾ ਚਾਹੋਗੇ ਗੁਰਪ੍ਰੀਤ ਜੀ ਤੁਸੀਂ? ਹਾਂਜੀ, ਮੈਂ ਤੁਹਾਡਾ ਟੌਪਿਕ ਮੈਨੂੰ ਬਹੁਤ ਵਧੀਆ ਲੱਗਾ ਜਿਹੜਾ ਨਸ਼ਿਆਂ ਤੇ ਆ। ਜੀ ਹਾਂਜੀ, ਇੱਕ ਮੈਡਮ ਨੇ ਪਹਿਲਾਂ ਕਿਹਾ ਸੀਗਾ ਵੀ ਮਤਲਬ ਇਹ ਪੰਜਾਬ ਦੇ ਵਿੱਚ ਇਦਾਂ ਦੇ ਸੰਸਥਾ ਖੋਲਣੇ ਚਾਹੀਦੇ ਕਿ ਜਿਹੜਾ ਨਿਊ ਜਨਰੇਸ਼ਨ ਦਾ ਥੋੜਾ ਮਾਇੰਡ ਆ ਚੇਂਜ ਥੋੜਾ ਪਾਸੇ ਜਾਵੇ, ਹਨਾ ਜੀ ਜੀ। ਤੇ ਉੱਥੇ ਪਾਸੇ ਕਿਹਨੇ ਕਰਨਾ? ਗੌਰਮੈਂਟ ਤਾਂ ਸਾਰਾ ਕੁਝ ਕਰ ਰਹੀਆਂ ਵਾ। ਹਾਂਜੀ ਜੀ ਜੀ ਬਿਲਕੁਲ। ਸਰਕਾਰਾਂ ਤਾਂ ਖੁਦ ਸਾਰਾ ਕੁਝ ਇਹ ਕੰਮ ਚਲਾ ਰਹੀਆਂ, ਪਹਿਲਾਂ ਆਪ ਹੀ ਇਸ ਕੰਮ ਚ ਪੈਂਦੀਆਂ ਵਾ ਤੇ ਬਾਅਦ ਚ ਆਪ ਹੀ ਧਰਨੇ ਦਿੰਦੇ ਆ ਕਿ ਇਹ ਲੋਕਾਂ ਨੂੰ ਕੀ ਮਤਲਬ ਕੀ ਸਮਝਾਉਣਗੇ ਉਹ। ਹਾਂਜੀ ਉਹੀ, ਇੱਕ ਤਾਂ ਹੀ ਅਸੀਂ ਅਜੇ ਟੌਪਿਕ ਛੱਡਿਆ ਕਿ ਇੱਕ ਪਾਸੇ ਤਾਂ ਨਸ਼ਾ ਛੁਡਾਓ ਕੇਂਦਰ ਹੈ ਤੇ ਦੂਜੇ ਪਾਸੇ ਕਹਿੰਦੇ ਨਸ਼ਾ ਹੀ ਹੈ ਨਹੀਂ, ਫਿਰ ਕੇਂਦਰ ਢਾ ਦਿਓ, ਕੀ ਜ਼ਰੂਰਤ ਹੈ ਕੇਂਦਰ ਬਣਾਉਣ ਦੀ? ਉਹ ਹਾਂਜੀ, ਇੱਕ ਵੀਰ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਕਹਿੰਦੇ ਜੇ ਮਤਲਬ ਇੱਕ ਇੱਕ ਕੇਂਦਰ ਨਸ਼ਾ ਛੁਡਾਓ ਕੇਂਦਰ ਆ ਉਹਦੇ ਸਾਹਮਣੇ ਦੋ ਦੋ ਠੇਕੇ ਹੋਣਗੇ ਤੇ ਉਹਦਾ 30,000 ਹੋਊਗਾ। ਸਹੀ ਗੱਲ ਹੈ ਜੀ, ਹਾਂ ਉਹਨਾਂ ਦੀ ਪੁਆਇੰਟ ਨੂੰ ਕਾਫੀ ਸਾਰਿਆਂ ਨੇ ਨੋਟ ਕੀਤਾ ਜੀ। ਖੈਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ, ਸਾਡੇ ਸਾਰੇ ਕਾਲਰਸ ਕਾਫੀ ਇਸ ਗੱਲ ਦੇ ਨਾਲ ਸਹਿਮਤ ਨੇ। ਅਗਲੇ ਕਾਲਰ ਸਾਡੇ ਨਾਲ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਗਲਾਬੋ ਜੀ, ਕਿੱਦਾਂ ਹਾਲ ਆ? ਮੈਂ ਜੀ ਬਿਲਕੁਲ, ਮੈਂ ਬਿਲਕੁਲ ਠੀਕ ਹਾਂ, ਤੁਸੀਂ ਸੁਣਾਓ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਠੀਕ ਹੈ, ਬਸ ਅਸੀਂ ਜਰਸੀ ਤੋਂ ਬੋਲਦੇ ਹਾਂ ਤੇ ਮੈਨੂੰ ਅੱਜ ਤੁਹਾਡਾ ਟੌਪਿਕ ਇਹ ਤਾਂ ਬਹੁਤ ਵਧੀਆ ਲੱਗਾ ਜੀ, ਬਹੁਤ ਬਹੁਤ ਸ਼ੁਕਰੀਆ। ਪਰ ਇੰਨਾ ਆ ਬਈ ਸਾਰੇ ਭੈਣਾਂ ਭਰਾ ਵੀ ਸਾਰੇ ਕਹਿੰਦੇ ਆ ਵੀ ਚਲੋ ਡਰੱਗ ਦਾ ਕੰਮ ਤਾਂ ਹੈਗਾ ਬਹੁਤ ਮਾੜਾ, ਧੀਆਂ ਪੁੱਤਾਂ ਨੂੰ ਮਾੜਾ ਵੈਰ ਲੱਗਣਾ ਬਹੁਤ ਮੁਸ਼ਕਿਲ ਆ ਜੀ, ਤੇ ਪਰ ਥੋੜਾ ਜਿਹਾ ਬੱਚਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਡਰੱਗ ਚ ਨਾ ਪਾਈਏ ਤੇ ਚੰਗੀ ਗੱਲ ਆ, ਨਹੀਂ ਤੇ ਜ਼ਿੰਦਗੀ ਤਾਂ ਡਰੱਗ ਪੀਣ ਖਾਣ ਵਾਲਿਆਂ ਦੀ ਬਰਬਾਦ ਹੁੰਦੀ ਆ, ਮਾਪੇ ਤਾਂ ਝੂਰਦੇ ਰਹਿ ਜਾਂਦੇ ਆ ਸਾਰੀ ਉਮਰ। ਸਹੀ ਗੱਲ ਹੈ ਜੀ, ਮਾਂ ਪਿਓ ਵਿਚਾਰੇ ਉਹਨਾਂ ਦੀ ਜ਼ਮੀਨਾਂ ਵੀ ਵਿਕ ਜਾਂਦੀਆਂ। ਜੇ ਆਪਾਂ ਹੁਣ ਸਰਕਾਰਾਂ ਨੂੰ ਦੋਸ਼ ਦੇਈਏ ਤਾਂ ਸਰਕਾਰਾਂ ਦਾ ਕਿਹੜਾ ਨਵਾਂ ਡਰੱਗ ਸ਼ੁਰੂ ਹੋਇਆ, ਇਹ ਤਾਂ ਪਹਿਲਾਂ ਤੋਂ ਹੀ ਸ਼ੁਰੂ ਹੋਇਆ, ਚੱਲਦਾ ਹੌਲੀ 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 ਵੱਧ ਗਿਆ, ਬਹੁਤ ਜ਼ਿਆਦਾ ਪਿਆ। ਇਹਨੂੰ ਥੋੜਾ ਜਿਹਾ ਕੰਟਰੋਲ ਸਖਤੀ ਨਾਲ ਕਰਨਗੇ ਸਾਰੀਆਂ ਪਾਰਟੀਆਂ ਤਾਂ ਫੇਰ ਹੋਣਾ ਆ, ਨਹੀਂ ਤੇ ਜੇ ਇਕੱਲੀ ਪਾਰਟੀ ਇੱਕ ਕਰੂਗੀ ਤਾਂ ਬਿਲਕੁਲ ਨਹੀਂ ਹੋਣਾ, ਭਾਵੇਂ ਕੋਈ ਵੀ ਪਾਰਟੀ ਹੋਵੇ ਜੀ। ਸਹੀ ਗੱਲ ਹੈ ਜੀ ਤੁਹਾਡੀ, ਔਰ ਜੀ 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 ਬਿਲਕੁਲ ਜੀ, ਅਸੀਂ ਆਪ ਹੀ ਕੋਸ਼ਿਸ਼ ਨਹੀਂ ਕਰਾਂਗੇ ਤੇ ਸਰਕਾਰਾਂ ਨੇ ਵੀ ਕੀ ਕਰ ਲੈਣਾ, ਪਰ ਸਰਕਾਰਾਂ ਪ੍ਰੋਵਾਈਡ ਵੀ ਪਤਾ ਨਹੀਂ ਹੁਣ ਕਿੱਥੋਂ ਹੋ ਰਿਹਾ, ਹੁਣ ਮੈਂ ਕੀ ਕਮਾਂ ਇਸ ਦੇ ਬਾਰੇ। ਖੈਰ ਬਹੁਤ ਬਹੁਤ ਸ਼ੁਕਰੀਆ ਜੀ, ਥੋੜੀ ਜਿਹੀ ਨਾ ਸਰਕਾਰਾਂ ਜਿਹੜਾ ਪੂਰੀ ਨੱਠ ਪਾਉਣ, ਫੇਰ ਆ ਏਦਾਂ ਨੀ ਇੱਕ ਪਾਰਟੀ ਨੱਠ ਪਾਉਂਦੀ ਆ, ਦੂਜੀ ਬਦਨਾਮੀ ਕਰ ਦਿੰਦੀ ਆ, ਦੂਜੀ ਆਪਦੀ ਸਿਫਤ ਕਰ ਲੈਂਦੀ, ਤੀਜੀ ਆਪਦੀ, ਏਦਾਂ ਨੀ ਡਰੱਗ ਬੰਦ ਹੋਣੀ, ਇਹ ਤਾਂ ਬਿਲਕੁਲ ਮਾਵਾਂ ਦੇ ਪੁੱਤ ਤੁਰੇ ਜਾਂਦੇ ਆ, ਲੋਕਾਂ ਦੀ ਜ਼ਿੰਦਗੀ ਬਰਬਾਦ ਹੁੰਦੀ ਜਾਂਦੀ ਆ, ਇੱਕ ਥੋੜੀ ਜਿਹੀ ਨੱਠ ਘੁੱਟ ਕੇ ਪਾਉਣ ਫੇਰ ਜ਼ਿੰਦਗੀ ਸੁਧਾਰ ਹੋਣਾ ਲੋਕਾਂ ਦਾ। ਜੀ 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 ਬਿਲਕੁਲ ਸਹੀ ਗੱਲ ਹੈ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਾਲ ਕਰਨ ਦੇ ਲਈ, ਔਰ ਤੁਹਾਡੇ ਵਿਚਾਰਾਂ ਦੇ ਨਾਲ ਅਸੀਂ ਵੀ ਕਾਫੀ ਹੱਦ ਤੱਕ ਸਹਿਮਤ ਆ ਕਿ ਆਪ ਵੀ ਥੋੜੀ ਜਿਹੀ ਕੋਸ਼ਿਸ਼ ਤਾਂ ਕਰਨੀ ਹੀ ਚਾਹੀਦੀ ਹੈ ਜੀ। ਅਗਲੇ ਕਾਲਰ ਸਾਡੇ ਨਾਲ। ਹੈਲੋ, ਅੱਛਾ ਜੀ, ਖੈਰ ਮੈਂ ਹਲੇ ਗੱਲ ਨਹੀਂ ਕਰ ਸਕਾਂਗੀ ਫਿਲਹਾਲ ਕਿਉਂਕਿ ਸ਼ੋਅ ਨੂੰ ਖਤਮ ਕਰਨ ਦਾ ਟਾਈਮ ਹੋ ਰਿਹਾ, ਲੇਕਿਨ ਫਿਲਹਾਲ ਜੀ ਅੱਜ ਅਸੀਂ ਗੱਲ ਕੀਤੀ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੇ ਨਸ਼ਾ ਛੁਡਾਓ ਕੇਂਦਰ ਨੇ ਔਰ ਬਹੁਤ ਜ਼ਿਆਦਾ ਬਣਾਏ ਗਏ ਨੇ, ਅਤੇ ਇੱਕ ਦੂਜੇ ਪਾਸੇ ਅਸੀਂ ਗੱਲ ਕਰ ਰਹੇ ਹਾਂ ਕਿ ਇੱਧਰ ਤਾਂ ਇਹ ਨਸ਼ਾ ਹੈ ਹੀ ਨਹੀਂ, ਜੇ ਨਸ਼ਾ ਹੀ ਨਹੀਂ ਹੈ ਤਾਂ ਨਸ਼ਾ ਛੁਡਾਓ ਕੇਂਦਰਾਂ ਦੀ ਵੀ ਸ਼ਾਇਦ ਸਾਨੂੰ ਜ਼ਰੂਰਤ ਹੀ ਨਹੀਂ ਹੈ। ਪਰ ਅਸਲੀਅਤ ਇਹ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ, ਅੱਜ ਦਾ ਯੂਥ ਜਿਹੜਾ ਹੈ ਉਹ ਇਸ ਦੇ ਵਿੱਚ ਡੁੱਬਦਾ ਚਲਾ ਜਾ ਰਿਹਾ ਹੈ, ਮਾਂ ਪਿਓ ਦੇ ਘਰ ਤੱਕ ਵਿਕ ਗਏ, ਜ਼ਮੀਨਾਂ ਤੱਕ ਵਿਕ ਗਈਆਂ, ਲੇਕਿਨ ਅਕਲ ਕਰਨ ਵਾਲੇ ਨੂੰ ਨਹੀਂ ਪਤਾ ਲੱਗਾ ਕਿ ਵੀ ਇਹ ਚੀਜ਼ ਮੇਰੀ ਜ਼ਿੰਦਗੀ ਨੂੰ ਬਰਬਾਦ ਕਰ ਰਹੀ ਹੈ, ਅਤੇ ਇਸ ਚੀਜ਼ ਦੇ ਵਿੱਚ ਡੁੱਬਦੇ ਰਹਿਣ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਰਬਾਦ ਕਰੋ। ਇਸ ਨਾਲੋਂ ਬਿਹਤਰ ਇਹ ਹੈ ਕਿ ਇੱਕ ਵਾਰ ਸੋਚੋ, ਵਿਚਾਰ ਕਰੋ, ਜਦੋਂ ਵੀ ਕੋਈ ਗਲਤ ਕੰਮ ਕਰਨ ਲੱਗਦੇ ਹੋ, ਗਲਤ ਸਟੈਪ ਚੁੱਕਣ ਲੱਗਦੇ ਹੋ, ਨਸ਼ਿਆਂ ਵਿੱਚ ਪੈਣ ਲੱਗਦੇ ਹੋ, ਤਾਂ ਮਾਂ ਪਿਓ ਦਾ ਖਿਆਲ ਜ਼ਰੂਰ ਕਰ ਲਓ। ਅੱਜ ਦੀ ਯੂਥ ਜਿਹੜਾ ਉਹਨਾਂ ਨੂੰ ਮੈਂ ਤਾਂ ਇਹੀ ਰਿਕੁਐਸਟ ਕਰਾਂਗੀ, ਅਤੇ ਸਾਡੀ ਗਲੋਬਲ ਪੰਜਾਬ ਟੀਵੀ ਦੀ ਪੂਰੀ ਟੀਮ ਜਿਹੜੀ ਹੈ ਉਹ ਇਹਨਾਂ ਸਭ ਚੀਜ਼ਾਂ ਦੇ ਬਹੁਤ ਜ਼ਿਆਦਾ ਅਗੇਂਸਟ ਹੈ। ਸੋ ਤੁਹਾਨੂੰ ਸਾਰਿਆਂ ਨੂੰ ਜੀ ਅੱਜ ਮੇਰੇ ਯਾਨੀ ਗੁਲਾਬੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਇਹ ਗੱਲ ਦੱਸਣਾ ਚਾਹਾਂਗੀ ਕਿ ਅਗਲਾ ਸਾਡਾ ਐਪੀਸੋਡ ਜਿਹੜਾ ਹੋਏਗਾ ਇਹ ਜਨਮ ਤੁਹਾਰੇ ਲੇਖੇ, ਮੈਂ ਉਸ ਫਿਲਮ ਦੇ ਬਾਰੇ ਚਰਚਾ ਕਰਾਂਗੀ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।